कि जड़ा किया गया कुछ अखबारों कि श्री गुरु ग्रंथ साहब की पावन स्वरूप जड़े आ 4000 पौंड च वेचया गया 13 करोड़ रुपये च वेचया गया उहदे बारे च गलबात की गई है। इहदे च मैं स्पष्ट करना चाहुंदा वां कि June 1984 के तीसरे घल्लूघारे तो पहला सिख रैफरेंस लाइब्रेरी के 512 हाथ लिखित स्वरूप से 12613 किताबा सी हाथ लिखित खड़े से। इस तों अलावा जड़े अखबारां वह मौजूद सी जड़ियां लिस्टां सानू सरदार अनुराग सिंह ने प्रोवाइड कीतियां ने उन्हां लिस्टां की गिनती करते सानू 205 श्री गुरु ग्रंथ साहिब महाराज के हाथ लिखित स्वरूप लिस्ट अनुसार वापस आए ने। 807 पुस्तकां वापस आईयां ने, अखबारां वापस आईयां ने, केवल एक हुक्मनामा वापस आया वा। इस वेले सिख रैफरेंस लाइब्रेरी दे विच ₹560 हाथ लिखित साढ़े पास मौजूद ने। 24,999 किताबा मौजूद ने। 1398 अज की डेट 1398 जड़िया ने हाथ लिखित पोथियां मौजूद ने। अखबारों का जोड़ा अंकड़ा वा साढ़े पास नहीं है। मैं स्पष्ट करना चाहना कि जोड़ा साढ़े दोष लगा कि सरकार को असी मंग करते कि ऑपरेशन ब्लू स्टार तो बाद सरकार ने जोड़ा साढ़ा सरमाया चराया वो सारा सारा का सारा वापस कर दिता गया। श्रोमणी कमेटी तो एवें पानी के मधाणी पा के ਇਹ ਮੰਗ ਰਿਪੀਟ ਕਰ ਰਹੀ ਆ। ਅੱਜ ਦੀ ਲਿਸਟ ਅਨੁਸਾਰ ਪ੍ਰਤੱਖ ਕਰਨਾ ਚਾਹੁੰਦੇ ਹਾਂ ਕਿ 307 ਪਾਵਨ ਹੱਥ ਲਿਖਿਤ ਸਰੂਪ ਸਾਡੇ ਉਹਨਾਂ ਰਜਿਸਟਰਾਂ ਅਨੁਸਾਰ ਜਿਹੜਾ ਸਰਕਾਰ ਨੇ ਸਾਨੂੰ ਵਾਪਸ ਕੀਤਾ ਸੀ ਉਹਦੇ ਅਨੁਸਾਰ 352 ਹੱਥ ਲਿਖਿਤ ਸਰੂਪ ਜਿਹੜੇ ਆ ਸਾਨੂੰ ਅੱਜ ਤੱਕ ਸਰਕਾਰ ਨੇ ਵਾਪਸ ਨਹੀਂ ਕੀਤੇ, ਜਦੋਂ ਕਿ ਲਿਸਟ ਅਨੁਸਾਰ 205 ਸਰੂਪ ਸਾਨੂੰ ਦਿੱਤੇ ਆ। ਫਿਰ 11107 ਕਿਤਾਬਾਂ, ਬੇਸ਼ੁਮਾਰ ਜਿਹੜੀਆਂ ਕਿਤਾਬਾਂ ਸੀ ਹੱਥ ਲਿਖਤ ਸਾਹਿਤ ਸੀ ਸਾਡਾ ਰੈਫਰੈਂਸ ਲਾਇਬ੍ਰੇਰੀ ਦਾ ਮਤਲਬ ਇਹ ਹੁੰਦਾ ਕਿ ਇਹਦੇ ਨਾਲ ਦੀ ਦੂਜੀ ਕਿਤਾਬ ਕਿਸੇ ਹੋਰ ਲਾਇਬ੍ਰੇਰੀ 'ਚ ਨਹੀਂ ਹੈਗੀ, ਉਹ ਕਿਤਾਬਾਂ ਸਾਨੂੰ ਵਾਪਸ ਨਹੀਂ ਆਈਆਂ। ਰਹੀ ਗੱਲ ਜਿਹੜਾ ਬਹੁਤ ਹੀ ਖਤਰਨਾਕ ਸਾਡੇ ਬਾਰੇ ਸਟੇਟਮੈਂਟ ਲੱਗੀ, ਉਹਦੇ ਵਿੱਚ ਕੁਝ ਸ਼ਖਸੀਅਤਾਂ ਨੇ ਨਾਮ ਹੀ ਆਏ ਕਿ ਪਾਵਨ ਸਰੂਪ ਜਿਹੜਾ ਸੀ ਉਹ ਇੰਗਲੈਂਡ ਦੇ ਵਿੱਚ ਵੇਚਿਆ ਗਿਆ, ਅਮੈਰੀਕਾ ਦੇ ਵਿੱਚ ਵੇਚਿਆ ਗਿਆ। ਇਹ ਬਹੁਤ ਸਾਡੀ ਬਦਕਿਸਮਤੀ ਆ। ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਵੀ ਦੋਸ਼ੀ, ਇਹਦੇ ਲਈ ਇੱਕ ਹਾਈ ਪਾਵਰ ਕਮੇਟੀ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟਰੱਸਟੀ ਵੀ ਹੋਣਗੇ, ਹੱਥ ਲਿਖਤਾਂ ਦੇ ਮਾਹਰ ਵੀ ਹੋਣਗੇ, ਉਹ ਬੰਦੇ ਜਿਹੜੇ ਲਾਇਬ੍ਰੇਰੀਆਂ ਦੀ ਰੱਖ ਰਖਾਵ ਕਰਦੇ ਨੇ ਉਹ ਵੀ ਹੋਣਗੇ, ਅਤੇ ਇਹ ਪੜਤਾਲ ਜਿਹੜੀ ਆ ਵੱਖਰੇ ਤੌਰ 'ਤੇ ਕਰਕੇ ਪ੍ਰਧਾਨ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹ ਹਾਈ ਪਾਵਰ ਕਮੇਟੀ ਜਿਹੜੀ ਆ ਉਹ ਬਣਾ ਕੇ ਇਹਦੀ ਪੜਤਾਲ ਕਰਨ।